ਜਦੋਂ ਵੀ ਕੋਈ ਆਪਣੀ ਗੱਦੀ ਤੋਂ ਉੱਠ ਕੇ ਜਾਂਦਾ ਹੈ ਤਾਂ ਉਹ ਪਿੱਛੇ ਆਪਣਾ ਕੋਈ ਨਾ ਕੋਈ ਵਾਰਸ ਤਾਂ ਜ਼ਰੂਰ ਛੱਡ ਕੇ ਜਾਂਦਾ ਹੈ ਹੁਣ ਜੇਕਰ ਦੇਖਿਆ ਜਾਵੇ ਡੇਰਾ ਸੱਚਾ ਸੌਦਾ ਦੀ ਗੱਦੀ ਬਾਰੇ ਤਾਂ ਹਨੀਪ੍ਰੀਤ ਇਨਸਾਨ ਨੂੰ ਲੈ ਕੇ ਕਿਆਸਾਂ ਲਗਾਈਆਂ ਜਾ ਰਹੀਆਂ ਨੇ ਤੇ ਲਗਾਤਾਰ ਸੋਸ਼ਲ ਮੀਡੀਆ ਤੇ ਕਾਫੀ ਤਰ੍ਹਾਂ ਦੇ ਮੈਸੇਜਸ ਵੀ ਆ ਰਹੇ ਨੇ ਜਿਸ ਨੂੰ ਲੈ ਕੇ ਸਾਰਿਆਂ ਦੇ ਮਨ ਵਿੱਚ ਇਹ ਜ਼ਰੂਰ ਸਵਾਲ ਖੜਾ ਹੋ ਰਿਹਾ ਹੋਵੇਗਾ ਕਿ ਆਖਰ ਡੇਰਾ ਸੱਚਾ ਸੌਦਾ ਦੀ ਗੱਦੀ ਤੇ ਕੌਣ ਵਿਰਾਜਮਾਨ ਹੋਣ ਵਾਲਾ ਤਾਂ ਤੁਹਾਨੂੰ ਦੱਸ ਦਿੰਦੇ ਆ ਜਦੋਂ ਹਨੀਪ੍ਰੀਤ ਇਨਸਾਨ ਨੂੰ ਇਸ ਬਾਰੇ ਪੁੱਛਿਆ ਗਿਆ ਤਾਂ ਡੇਰਾ ਸਿਰਸਾ ਦੀ ਗੱਦੀ ਤੇ ਬੈਠਣ ਬਾਰੇ ਉਹਨਾਂ ਨੇ ਸਾਫ਼-ਸਾਫ਼ ਖਰਾ ਜਵਾਬ ਦੇ ਦਿੱਤੇ। ਉਹਨਾਂ ਨੇ ਸੋਸ਼ਲ ਮੀਡੀਆ ਤੇ ਫੈਲਾਈਆਂ ਜਾ ਰਹੀਆਂ ਸਾਰੀਆਂ ਅਟਕਲਾਂ ਤੇ ਵਿਰਾਮ ਲਗਾਉਂਦੇ ਹੋਏ ਇਹ ਸਾਫ਼-ਸਾਫ਼ ਕਹਿ ਦਿੱਤਾ ਕਿ ਸਤਕਾਰਯੋਗ ਗੁਰੂ ਜੀ ਡੇਰਾ ਸੱਚਾ ਸੌਦਾ ਦੇ ਗੁਰੂ ਨੇ ਤੇ ਰਹਿਣਗੇ ਵੀ। ਹੁਣ ਭੈਣ ਕਹ ਲਿਆ ਜੋ ਵੀ ਬੇਟੀ ਜਾਂ ਫਿਰ ਦੋਸਤ ਹਨੀਪ੍ਰੀਤ ਇਨਸਾਨੇ ਆਪਣੇ ਇੰਸਟਾਗ੍ਰam ਹੈਂਡਲ ਤੇ ਯੂਜ਼ਰਜ਼ ਦੁਆਰਾ ਪੁੱਛੇ ਗਏ ਸਵਾਲਾਂ ਦੇ ਜਿਹੜੇ ਜਵਾਬ ਦਿੱਤੇ ਨੇ ਉਸ ਵਿੱਚ ਉਹਨਾਂ ਨੇ ਇਹ ਕਲੀਅਰ ਕਰ ਦਿੱਤਾ ਕਿ ਉਹਨਾਂ ਦੇ ਪਾਪਾ ਜੀ ਗੁਰੂ ਨੇ ਤੇ ਰਹਿਣਗੇ ਵੀ ਇਥੇ ਵੀ ਜ਼ਿਕਰ ਹੋ ਗਿਆ ਕਿ ਕੁਝ ਦਿਨ ਪਹਿਲਾਂ ਡੇਰਾ ਸੱਚਾ ਸੌਦਾ सिरसा ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਹਰਿਆਣਾ ਸਰਕਾਰ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਦਿੱਤੀ ਗਈ ਫਰਲੋ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਨੇ ਰੱਦ ਕਰ ਦਿੱਤਾ ਸੀ ਹਾਈ ਕੋਰਟ ਨੇ ਫੈਸਲੇ ਵਿੱਚ ਇਹ ਸਾਫ਼-ਸਾਫ਼ ਕਿਹਾ ਸੀ ਕਿ ਰਾਮ ਰਹੀਮ ਖਤਰਨਾਕ 범ਰਾਦੀ ਨਹੀਂ ਹੈ ਜਿਵੇਂ ਕਿ ਪਟੀਸ਼ਨ ਵਿੱਚ ਦਾਵਾ ਕੀਤਾ ਗਿਆ ਸੀ ਨਾਲ ਹੀ ਉਸ ਨੂੰ ਫਰਲੋ ਦਾ ਵੀ ਪੂਰਾ-ਪੂਰਾ ਅਧਿਕਾਰ ਹੈ